ਹਾਂਜੀ ਅੰਗਰੇਜ਼ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਹੋਰ ਠੀਕ ਹੋ ਜੀ? ਹਾਂਜੀ ਠੀਕ ਠਾਕ। ਹੋਰ ਵੀ ਆਹ ਗਾਂ ਦੇ ਮੱਝ ਸੇਲ ਹੈ ਦੋਵੇਂ ਜੀ? ਇਹ ਦੋਨੇ ਪਸ਼ੂ ਸੇਲ ਹੈ। ਠੀਕ ਹੈ ਜੀ। ਇਹ ਗਾਂ ਕਿਨਵੇਂ ਸੂਏ ਜੀ? ਇਹ ਦੂਜੇ ਸੂਏ ਹੈ ਜੀ, ਪਹਿਲੇ ਸੂਏ ਆਪਾਂ ਘਰੇ ਹੀ ਚੋਈ ਹੈ। ਅੱਛਾ, ਘਰੇ ਹੀ ਚੋਈ ਹੈ? ਹਾਂਜੀ। ਨਹੀਂ ਤੁਸੀਂ ਲੈ ਕੇ ਆਉਂਦੇ ਹੋ ਗਾਂ ਤੁਸੀਂ? ਹਾਂ ਜੀ, ਆਪਣੇ ਆ ਚਾਚੇ ਘਰੇ ਸੀ। ਅੱਛਾ, ਚਾਚੇ ਘਰੇ ਸੀ, ਠੀਕ। ਸੋਹਣਾ ਆਇਆ ਇਸ ਟਾਈਮ ਇਹਨੇ? ਹਾਂਜੀ ਹਾਂਜੀ, ਲੈਂਦੀ ਆ ਕੋਈ 10 ਦਿਨ ਲੈਂਦੀ ਆ। 10 ਦਿਨ ਲੈ ਜਾਓ? ਹਾਂਜੀ ਠੀਕ ਹੈ ਜੀ, ਠੀਕ ਹੈ। ਤੇ ਵੀ ਜੀ, ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਜੀ ਇਹਨੇ? ਪਿਛਲੇ ਸੂਏ ਜੀ ਇਹਨੇ 13-14 ਲੀਟਰ ਦੇ ਕਰੀਬ ਦਿੱਤਾ ਜੀ। 13-14 ਲੀਟਰ ਨੇਟ ਦਿੱਤਾ ਦੋਵਾਂ ਟਾਈਮਾਂ? ਹਾਂਜੀ ਠੀਕ। ਪਿਛਲੇ ਸੂਏ ਆਪਾਂ ਗਾਂ ਲਈ ਸੀ ਇਹਨਾਂ ਨੇ, ਆਪਾਂ ਦਵਾਈ ਸੀਗੀ ਜਾਨੀ। ਸੀਲ ਠੰਡੀ ਹੈ, ਜਿਵੇਂ ਮਰਜ਼ੀ ਬੈਠਾ ਰਵੇ ਜਵਾਕ ਜੂ, ਜਿਵੇਂ ਹਾਂਜੀ ਹਾਂਜੀ, ਕੁੜੀਆਂ ਬੜੀਆਂ, ਕੋਈ ਦਿੱਕਤ ਹੀ ਨਹੀਂ। ਇਹ ਕ੍ਰੋਸ ਤੇ ਆ ਗਈ ਹੈ ਜੀ? ਹਾਂ ਜੀ, ਥੋੜੀ ਜਿਹੀ ਆ ਗਈ। ਹਾਂਜੀ, ਦੋ ਬੜੇ ਬੰਦੇ ਆ। ਮਤਲਬ ਟੀਕਾ ਟੂਕਾ ਜਰਸੀ ਦਾ ਭਰਾਇਆ ਹੋਇਆ? ਅੱਛਾ ਜੀ, ਸਰਕਾਰੀ ਸਰਕਾਰੀ ਟੀਕੇ ਜਰਸੀ ਦਾ ਭਰਾਇਆ? ਠੀਕ ਹੈ। ਚੱਬੀ ਜੀ ਮਾੜਾ ਜਿਹਾ ਖੋਲਿਆ, ਥੋੜ੍ਹਾ ਥੋੜ੍ਹਾ ਜਿਹਾ ਮਾੜਾ ਜਿਹਾ ਹੌਲੀ ਲਈ ਤੋਰਿਆ ਜਿਹਾ ਮਾੜਾ। ਇੱਕ ਮਿੰਟ ਰੁਕ ਜਾ, ਇੱਥੇ ਖੜਿਆ ਬਸ। ਥੋੜ੍ਹੀ ਜਿਹੀ ਨਾ ਉੱਪਰੇ ਪਾਉਂਦਾ ਕਰਦਾ ਪਸ਼ੂ, ਇਹਦੇ ਮੱਥੇ ਮੁੱਥੇ ਉਹ ਤਾਂ ਕੱਟ ਲੱਗਦੇ ਬੰਦੇ। ਬਿਲਕੁਲ ਜੀ, ਬਿਲਕੁਲ ਠੀਕ। ਤੇ ਕਿੰਨੇ ਦੰਦ ਹੋ ਗਏ ਨੇ ਜੀ ਇਹ? ਇਹ ਮੇਰੇ ਖਿਆਲ ਵਿੱਚ ਚੌਗੀ ਹੋਊਗੀ। ਚੌਗੀ ਹੋ ਗਈ, ਚੱਲ ਲੈ ਜਾਓ, ਕੋਈ ਨਹੀਂ, ਹੌਲੀ 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 ਲੈ ਜਾਓ। ਤੇ ਭਾਜੀ ਫਿਰ ਇਸ ਟਾਈਮ ਐਤਕੀ ਸੂਏ ਫਿਰ ਕਿੰਨਾ ਕੁ ਦੁੱਧ ਕੱਢ ਦੂਗੀ ਜੀ ਇਹ? ਭਾਈ 16-17 ਲੀਟਰ ਦੇ ਕਰੀਬ ਤਾਂ ਹੋਣਾ ਚਾਹੀਦਾ। ਆ ਇੰਨਾ, ਚਲੋ ਠੀਕ ਆ, 16-17 ਲੀਟਰ ਦਾ ਪਾਈ ਜਾਂਦੇ ਇਹਨੂੰ। ਅੱਛਾ ਠੀਕ ਹੈ ਜੀ, ਠੀਕ ਆ। ਜਾਣੀ ਦੋ ਬੋਰੀਆਂ ਦੇ ਕਰੀਬ ਆਉਣੇ ਨੇ, ਖਾ ਜਾਣੀ ਆ ਟਰਾਂਸਲੇਸ਼ਨ ਹੁਣ। ਅੱਛਾ, ਤੇ ਚੁਆਈ ਚੁਈ ਬਿਲਕੁਲ ਹੈ ਜੀ? ਮੈਂ ਨਾ ਬੋਲੀ ਐ ਭੂ ਕਰਕੇ, ਕੋਈ ਦਿੱਕਤ ਹੀ ਨਹੀਂ, ਜਿਵੇਂ ਮਰਜ਼ੀ ਜਿੰਨਾ ਚਿਰ ਮਰਜ਼ੀ ਬੈਠੇ ਰਹਿਣ। ਹਾਂਜੀ ਹਾਂਜੀ ਹਾਂ, ਕੋਈ ਇਹਨੂੰ ਦਿੱਕਤ ਨਹੀਂ, ਜਿਵੇਂ ਮਰਜ਼ੀ ਬੁੜੀਆਂ ਚੁਈ ਜਾਣ। ਜ਼ਿਆਦਾ ਹੁੰਦਾ ਘਰੇਲੂ ਬੰਦੇ ਨੇ ਲੈਣੀ ਆ, ਠੰਡੀ ਅਸੀਂ ਠੰਡੀ ਆ, ਗਰਮ ਨਹੀਂ ਹੁੰਦੀ ਆ, ਵਧੀਆ। ਹਾਂਜੀ ਹਾਂ ਬਿਲਕੁਲ, ਪਰ ਇਹ ਵੀ ਨਹੀਂ ਗਿਆ, ਇਹ ਸਮੇਂ ਤੇ ਆ ਕੇ ਵੀ ਛੱਡ ਸਕਦੇ, ਅਸੀਂ ਆਪ ਹੀ ਇਹਨਾਂ ਨੇ ਛੱਡੀ ਆ। ਅੱਛਾ ਜੀ, ਅੱਛਾ, ਹਾਂ ਠੀਕ ਹੋ ਗਿਆ, ਇਹਨਾਂ ਨੂੰ 1.5 ਮਹੀਨੇ 2 ਹੋ ਗਏ ਆ, ਹਾਂ ਜੀ ਛੱਡੀ ਇਹਨਾਂ ਨੇ। ਠੀਕ ਠੀਕ ਹੈ ਜੀ, ਦੁੱਧ ਸਮੇਂ ਤੋਂ ਸਮੇਂ ਦਿੰਦੀ ਆ। ਹਾਂਜੀ, ਤੇ ਵੀਰ ਜੀ ਕੀ ਮੁੱਲ ਕਰਦੇ ਜੀ ਜਾਂਦਾ ਜੀ? ਇਹਦਾ ਜੀ ਮੁੱਲ ਆਪਾਂ 40,000 ਰੁਪਏ ਦਾ। ਅੱਛਾ, 40,000 ਮੁੱਲ ਕਰਦੇ? ਹਾਂਜੀ, ਚਲੋ ਬਾਕੀ ਮਾਨਤਨ ਦਾ ਬਾਅਦ ਤੇ ਹੋ ਜੀ। ਕੋਈ ਨਹੀਂ ਕੋਈ ਨਹੀਂ, ਹੋ ਜਾਂਦਾ ਸਮੇਂ। ਹਾਂਜੀ ਹਾਂ, ਸਾਰਾ ਕੁਝ ਠੀਕ। ਤੇ ਆ ਮੱਝ ਕਿਵੇਂ ਸੂਏ ਜੀ ਇਹ? ਮੱਝ ਜੀ ਦੂਜੇ ਸੂਏ ਆ ਜੀ। ਅੱਛਾ, ਦੂਜੇ ਸੋਹਣਾ। ਹਾਂਜੀ, ਗੱਬਣੀ ਆ ਹੌਲੀ ਜੀ ਹੌਲੀ ਹੌਲੀ ਹੌਲੀ, ਕੋਈ ਨੀ। ਚਲੋ ਕੋਈ ਨੀ, ਮਾੜਾ ਥਾਂ ਜੀ ਚੈੱਕ ਕਰਨੇ ਆਪਾਂ, ਮਾੜਾ ਵੇਖਣੇ ਥੱਲੇ। ਹਾਂ ਬਸ, ਕੋਈ ਮੈਂ ਥੱਲੋਂ ਬਣਾ ਲਈ ਮਾੜਾ ਜੀ, ਤੈਨੂੰ ਪਤਾ ਜੀ ਫਿਰ ਤਸੱਲੀ ਜੀ ਨਹੀਂ ਹੁੰਦੀ ਜਿੰਨੇ ਦਾ ਸਰ। ਕੋਈ ਨਹੀਂ, ਕੋਈ ਥੱਲਾ ਚੈੱਕ ਕਰੀਏ। ਉਹ ਤਾਂ ਨਹੀਂ ਕਰਦੀ ਆ ਬਾਹਰ, ਖੜ ਜਾ ਪੁੱਤ ਖੜ ਜਾ, ਥਾਂ ਥੂੰ ਦਾ ਪੂਰਾ ਵਿਥਰੇ ਜੀ। ਮੈਂ ਨਾ ਜੀ ਅੱਡੋ ਅੱਡ ਕਰ ਰਹੇ ਨੇ ਥਾਣੇ ਇਹ ਚਾਰੇ। 10 ਦਿਨ ਲੈ ਜਾਓ ਹਜੇ, ਹੈਂ ਜੀ 10 ਦਿਨ ਲਓ। ਠੀਕ ਹੈ, ਚਲੋ ਕੋਈ ਨਹੀਂ ਜੀ, ਰਹਿਣ ਦਿਓ, ਕੋਈ ਨਹੀਂ। ਅਤੇ ਵੀਰ ਜੀ ਇਹਦਾ ਕੀ ਮੁੱਲ ਕਰਦੇ ਜੀ ਫਿਰ? ਇਹਦਾ ਮੁੱਲ ਜੀ 95,000 ਕਰਦੇ ਜੀ। 95,000 ਹੈ ਜੀ? ਹਾਂਜੀ, ਬਾਲਾ ਨਹੀਂ ਕਰੀ ਜਾਂਦੇ ਜੀ? ਮੈਂ ਨਾ ਜੀ ਝੋਟੀ ਦਾ ਮੁੱਲ ਹੀ ਇੰਨਾ। ਅੱਛਾ ਜੀ, ਤੇਰੇ ਨਾਲ ਹੀ ਹੁਣ ਮਿਲਦਾ ਵੀ ਨਹੀਂ ਪਸ਼ੂ ਦਾ, ਸੂਏ ਸਾਵੇ ਵੀ ਹੈ ਨਹੀਂ। ਬਿਲਕੁਲ ਜੀ ਬਿਲਕੁਲ, ਆਪ ਮਹਿੰਗੀ ਲਈ ਆਪਾਂ, ਕਿਉਂਕਿ ਰੁੱਤ ਦੇ ਹਿਸਾਬ ਨਾਲ ਪਸ਼ੂ ਵੇਖਦਾ ਪਿਆ। ਹਾਂਜੀ ਹਾਂਜੀ ਹਾਂ, ਬਾਹਰ ਕਿਸੇ ਬੰਨੇ ਸੂਆ ਪਸ਼ੂ ਮਿਲਦਾ ਹੀ ਨਹੀਂ ਗਾ, ਸਾਰੇ ਬੰਨੇ ਆਹ ਕੋਈ ਹੈ 10-15 ਦਿਨ। ਚਲੋ ਨਾ ਮੌਕੇ ਤੇ ਹੋ ਜੂਗਾ ਜਿਹੜਾ ਕੋਈ ਮਾਨਦਾ। ਹਾਂ ਜੀ, ਕੋਈ ਨਹੀਂ ਕੋਈ ਨਹੀਂ, ਹੋ ਜਾਂਦਾ ਉਹ ਤਾਂ। ਨਹੀਂ ਸੋਹਣੇ ਪਸ਼ੂ ਹੈ ਦੋਵੇਂ ਜੀ, ਬਾਕੀ ਕਿਸੇ ਗਾਂ ਵੀ ਸੋਹਣੀ ਹੈ ਤੁਹਾਡੀ। ਹਾਂਜੀ ਹਾਂ ਹਾਂਜੀ, ਠੀਕ ਹੈ ਜੀ ਵੀਰ ਜੀ, ਠੀਕ ਹੈ ਸਰ, ਓਕੇ।